ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼ ਮੈਂ ਹਰ ਰਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਅੱਜ ਦੀਆਂ ਕੁਝ ਖਾਸ ਹੈਡਲਾਈਨਸ ਤੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਕਿਸਾਨਾਂ ਨੇ ਸ਼ਹੀਦ ਪਗਲ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਫਿਰ ਅੰਤਰਰਾਸ਼ਟਰੀ ਫਲਾਈਟ ਆਪਰੇਸ਼ਨਾਂ ਤੇ ਪਾਬੰਦੀ 30 ਅਪ੍ਰੈਲ ਤੱਕ ਵਧਾਈ। ਸੁਪਰੀਮ ਕੋਰਟ ਨੇ ਲੋਨ ਮੈਟੋਰੀਅਮ ਮਾਮਲੇ ਤੇ ਫੈਸਲਾ ਸੁਣਾਇਆ ਅਦਾਲਤ ਨੇ ਕਿਹਾ ਮੁਲਤਵੀ ਦੀ ਮਿਆਦ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾ ਸਕਦੀ। ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਤੇ ਲਗਭਗ 4 ਮਹੀਨਿਆਂ ਤੋਂ ਡਟੇ ਹੋਏ ਨੇ ਇਸ ਦਰਮਿਆਨ ਦਿੱਲੀ ਗਾਜ਼ੀਪੁਰ ਸਰਹੱਦ ਤੇ ਡਟੇ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਕਿਸਾਨਾਂ ਵੱਲੋਂ ਇਨਕਲਾਬ ਜ਼ਿੰਦਾਬਾਦ ਦੇ ਜਿੱਥੇ ਨਾਰੇ ਲਾਏ ਗਏ ਉੱਥੇ ਹੀ ਸਰਹੱਦ ਤੇ ਪਗੜੀ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਦਰਮਿਆਨ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਨੇ ਸਿਰ ਤੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਇਸ ਦਰਮਿਆਨ ਇੱਕ ਟਰੱਕ ਤੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਵਾਲੇ ਪੋਸਟਰ ਲਾਏ ਗਏ ਦੱਸ ਦੇ ਕਿ ਅੰਗਰੇਜ਼ੀ ਹਕੂਮਤ ਦੀ ਨੀ ਨੂੰ ਹਿਲਾ ਕੇ ਰੱਖ ਦੇਣ ਵਾਲੇ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ 90ਵੇਂ ਸ਼ਹਾਦਤ ਦਿਵਸ ਤੇ ਨੈਸ਼ਨਲ ਇਨਗਰੀਡੀਅੰਟ ਫਾਰਮ ਆਫ ਆਰਟਿਸਟ ਐਂਡ ਐਕਟਿਵਸ ਵੱਲੋਂ ਇੱਕ ਨਵਾਂ ਇਤਿਹਾਸ ਲਿਖਿਆ ਗਿਆ ਜਿਸ ਨੂੰ ਆਉਣ ਵਾਲੇ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ ਦੇਸ਼ ਦੇ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਰਾਜਾਂ ਵਿੱਚ ਲੱਖਾਂ ਨੌਜਵਾਨ ਖੂਨਦਾਨ ਕਰਨ ਲਈ ਕਤਾਰਾਂ ਵਿੱਚ ਖੜੇ ਦਿਖਾਈ ਦਿੱਤੇ ਅਤੇ ਇਸ ਇਤਿਹਾਸਿਕ ਘਟਨਾ ਦੇ ਗਵਾਹ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਬਣੇ ਜਿਨ੍ਹਾਂ ਨੇ ਵੀਡੀਓ ਸੰਦੇਸ਼ ਰਾਹੀਂ ਦੇਸ਼ ਭਾਰ ਵਿੱਚ ਆਯੋਜਿਤ ਕੀਤੇ ਗਏ 1500 ਤੋਂ ਵੱਧ ਖੂਨਦਾਨ ਕੈਂਪਾਂ ਦਾ ਉਦਘਾਟਨ ਕੀਤਾ ਇਸ ਮੌਕੇ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ਤੇ ਨਿਫਾ ਵੱਲੋਂ আয়োজিত ਸੰਵੇਦਨਾ ਮੁਹਿੰਮ ਨੂੰ ਬੇहद ਕल्याणਕਾਰੀ ਦੱਸਿਆ ਜਿਸ ਵਿੱਚ ਨੌਜਵਾਨਾਂ ਨੂੰ ਨਸ਼ਾ ਨਹੀਂ ਖੂਨਦਾਨ ਕਰਨ ਲਈ ਕਿਹਾ ਮੁੱਖ ਮੰਤਰੀ ਮਨੋਹਰ ਲਾਲ ਨੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਮੁਹਿੰਮ ਹੋਰ ਅੱਗੇ ਵਧ ਕੇ ਖੂਨਦਾਨੀਆਂ ਨੂੰ ਇੱਕ ਮੋਬਾਈਲ ਐਪ ਅਤੇ ਵੈੱਬਸਾਈਟ ਨਾਲ ਜੋੜੇਗੀ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਫਿਰ ਅੰਤਰਰਾਸ਼ਟਰੀ ਫਲਾਈਟ ਆਪਰੇਸ਼ਨਾਂ ਤੇ ਪਾਬੰਦੀ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਹਾਲਾਂਕਿ ਕੇਸਾਂ ਦੀ ਗੰਭੀਰਤਾ ਦੇ ਆਧਾਰ ਤੇ ਸਮਰੱਥ ਅਥਾਰਟੀ ਦੁਆਰਾ ਚੁਣੇ ਰੂਟਾਂ ਤੇ ਅੰਤਰਰਾਸ਼ਟਰੀ ਉਡਾਨਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ ਕਰੋਨਾ ਦੇ ਫੈਲਣ ਤੋਂ ਰੋਕਣ ਲਈ ਪਿਛਲੇ 25 ਮਾਰਚ ਤੋਂ ਭਾਰਤ ਲਈ ਅੰਤਰਰਾਸ਼ਟਰੀ ਉਡਾਨਾਂ ਤੇ ਪਾਬੰਦੀ ਲਗਾਈ ਗਈ ਸੀ ਪਰ ਮਈ 2020 ਤੋਂ ਵੰਦੇ ਭਾਰਤ ਮਿਸ਼ਨ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਨਾਂ ਉਡਾਨ ਪਰ ਰਹੀਆਂ ਨੇ ਇਹਨਾਂ ਤੋਂ ਇਲਾਵਾ ਜੁਲਾਈ ਤੋਂ 94 ਦੇਸ਼ਾਂ ਨਾਲ 에어 ਬੱਬਲ ਸਮਝੌਤੇ ਤਹਿਤ ਉਡੇਨਾ ਵੀ ਉਡਾਨਾਂ ਵੀ ਚਲਾਈਆਂ ਜਾ ਰਹੀਆਂ ਨੇ ਉਡਾਨਾਂ ਤੇ ਪਾਬੰਦੀ ਲਗਾਉਣ ਦਾ ਫੈਸਲਾ ਵਿਦੇਸ਼ ਤੋਂ ਆਉਣ ਵਾਲੇ ਕਰੋਨਾ ਦੇ ਸਟ੍ਰੇਨ ਦੇ ਮੱਦੇ ਨਜ਼ਰ ਲਿਆ ਗਿਆ ਹੈ ਦੱਸਦੇ ਕਿ ਦੇਸ਼ ਵਿੱਚ 700 ਤੋਂ ਵੱਧ ਲੋਕ ਕਰੋਨਾ ਦੇ ਨਵੇਂ ਸਟ੍ਰੇਨ ਦਾ ਸ਼ਿਕਾਰ ਹੋਏ ਨੇ ਦੇਸ਼ ਵਿੱਚ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕਰੋਨਾ ਟੀਕਾ ਲਾਇਆ ਜਾਵੇਗਾ ਮੋਦੀ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਇਸ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਵੈਕਸੀਨ ਦੀ ਭਰਪੂਰ ਡੋਜ਼ ਹੈ ਕਰੋਨਾ ਟੀਕੇ ਦੀ ਕੋਈ ਘਾਟ ਨਹੀਂ ਹੈ ਸੁਪਰੀਮ ਕੋਰਟ ਨੇ ਲੋਨ ਮੋਰੀਟਰੀਅਮ ਮਾਮਲੇ ਤੇ ਫੈਸਲਾ ਸੁਣਾਇਆ ਅਦਾਲਤ ਨੇ ਕਿਹਾ ਕਿ ਮੁੱਲਤਵੀ ਦੀ ਮਿਆਦ 31 ਅਗਸਤ ਤੋਂ ਬਾਅਦ ਨਹੀਂ ਵਧਾਈ ਜਾ ਵਧਾਈ ਜਾ ਸਕਦੀ ਇਸ ਦੇ ਨਾਲ 6 ਮਹੀਨਿਆਂ ਦੀ ਮਿਆਦ ਦੇ ਦੌਰਾਨ ਕਿਸੇ ਵੀ ਕਾਰਜਾਦਾਤਾ ਤੋਂ ਲਏਗੇ ਵਿਆਜ ਤੇ ਕੋਈ ਵਿਆਜ ਨਹੀਂ ਦੇਣਾ ਪਵੇਗਾ ਜਸਟਿਸ ਅਸ਼ੋਕ ਪੂਸ਼ਨ ਆਰ ਸੁਬਾਸ਼ ਰੈਡੀ ਅਤੇ ਐਮ ਆਰ ਸ਼ਾਹ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਹੈ ਐਮ ਆਰ ਸ਼ਾਹ ਨੇ ਕਿਹਾ ਕਿ ਨੋਟਬੰਦੀ ਦੇ ਸਮੇਂ ਦੌਰਾਨ 2 ਕਰੋੜ ਰੁਪਏ ਤੋਂ ਵੱਧ ਦੇ ਵਿਆਜ ਤੇ ਵਿਆਜ ਮੁਆਫ ਕਰਨਾ ਸੰਭਵ ਨਹੀਂ ਹੈ ਇਸ ਤੋਂ ਇਲਾਵਾ ਜੇ ਕਿਸੇ ਬੈਂਕ ਨੇ ਵਿਆਜ ਤੇ ਪੈਸੇ ਲਏ ਹਨ ਤਾਂ ਇਸ ਨੂੰ ਵਾਪਸ ਕਰਨਾ ਪਵੇਗਾ ਇਸ ਤੇ ਕੋਈ ਰਾਹਤ ਨਹੀਂ ਮਿਲੇਗੀ ਸੁਪਰੀਮ ਕੋਰਟ ਨੇ ਕਿਹਾ ਕਿ ਬੈਂਕ ਪੂਰੀ ਤਰ੍ਹਾਂ ਵਿਆਜ ਮੁਆਫ ਨਹੀਂ ਕਰ ਸਕਦੇ ਕਿਉਂਕਿ ਉਹ ਖਾਤਾ ਕਾਰਕਾ ਅਤੇ ਪੈਨਸ਼ਨਰਾਂ ਪ੍ਰਤੀ ਜਵੇਦ ਦੇ ਜਵਾਬ ਦੇ ਨੇ ਦੱਸਦੇ ਕਿ ਅਦਾਲਤ ਨੇ ਕਿਹਾ ਸੀ ਕਿ ਸਰਕਾਰ ਨੂੰ ਆਰਥਿਕ ਫੈਸਲੇ ਲੈਣ ਦਾ ਅਧਿਕਾਰ ਹੈ ਅਤੇ ਅਦਾਲਤ ਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਮਹਾਮਾਰੀ ਕਾਰਨ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ ਅਸੀਂ ਨੀਤੀ ਬਾਰੇ ਸਰਕਾਰ ਨੂੰ ਨਿਰਦੇਸ਼ ਨਹੀਂ ਦੇ ਸਕਦੇ ਹਾਲਾਂਕਿ ਰਿਜ਼ਰਵ ਬੈਂਕ ਜਲਦੀ ਹੀ ਇਸ ਤੇ ਰਾਹਤ ਦਾ ਐਲਾਨ ਕਰੇਗਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਲੋਕ ਸਭਾ ਵਿੱਚ ਵਿੱਤ ਬਿੱਲ ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜੀਐਸਟੀ ਕੌਂਸਲ ਦੀ ਅਗਲੀ ਬੈਠਕ ਵਿੱਚ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਖੇਰੇ ਵਿੱਚ ਲਿਆਉਣ ਬਾਰੇ ਚਰਚਾ ਕਰਨ ਲਈ ਤਿਆਰ ਨੇ ਉਹਨਾਂ ਨੇ ਕਿਹਾ ਕਿ ਪੈਟਰੋਲ ਤੇ ਡੀਜ਼ਲ ਤੋਂ ਕੇਂਦਰ ਦੇ ਕਰ ਵਧ ਰਹੇ ਹਨ ਤਾਂ ਰਾਜਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਹੋਈ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਬਾਰੋਦੀ ਸੁਰੰਗ 'ਚ ਧਮਾਕਾ ਕਰਕੇ ਇੱਕ ਬੱਸ ਨੂੰ ਉਡਾ ਦਿੱਤਾ ਜਿਸ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਜਦਕਿ ਕਈ ਹੋਰ ਜ਼ਖਮੀ ਜਵਾਨ ਜ਼ਖਮੀ ਹੋਏ ਨੇ ਸੂਬੇ ਦੇ ਪੁਲਿਸ ਜਨਰਲ ਡਾਇਰੈਕਟਰ ਡੀ ਐਮ ਅਵਸਥੀ ਨੇ ਦੱਸਿਆ ਕਿ ਨਰਾਇਣਪੁਰ ਜ਼ਿਲ੍ਹੇ ਦੇ ਕੜੇ ਮੇਟਾ ਅਤੇ ਕਨਰ ਗਵਾ ਵਿਚਾਲੇ ਨਕਸਲੀਆਂ ਨੇ ਬਾਰੋਦੀ ਸੁਰੰਗ 'ਚ ਧਮਾਕਾ ਕਰਕੇ ਸੁਰੱਖਿਆ ਫੋਰਸ ਦੀ ਬੱਸ ਨੂੰ ਉਡਾ ਦਿੱਤਾ ਘਟਨਾ ਵਿੱਚ ਤਿੰਨ ਜਵਾਨ ਸ਼ਹੀਦ ਹੋ ਗਏ ਨੇ ਅਵਸਥੀ ਨੇ ਦੱਸਿਆ ਕਿ ਸੁਰੱਖਿਆ ਫੋਰਸ ਨੇ ਜਵਾਨਾਂ ਨੂੰ ਨਕਸਲ ਵਿਰੋਧੀ ਮੁਹਿੰਮ ਵਿੱਚ ਰਵਾਨਾ ਕੀਤਾ ਸੀ ਮੁਹਿੰਮ ਤੋਂ ਵਾਪਸੀ ਦੌਰਾਨ ਇੱਕ ਬੱਸ ਸਵਾਰ ਸੰ ਬੱਸ ਜਦੋਂ ਕੜੇ ਮੇਟਾ ਅਤੇ ਕਨਹਰ ਗਾਮ ਪਿੰਡ ਦੇ ਮੱਧ ਚ ਪੁਜੀਤਾਂ ਨਕਸਲੀਆਂ ਨੇ ਬਾਰੋਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ ਪੁਲਿਸ ਜਨਰਲ ਡਾਇਰੈਕਟਰ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਵਾਧੂ ਸੁਰੱਖਿਆ ਫੋਰਸ ਨੂੰ ਘਟਨਾ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ ਹੈ ਘਟਨਾ ਦੇ ਸਬੰਧ ਵਿੱਚ ਵਿਸਤਾਰ ਪੂਰਵਕ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ हरियाणा ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਰਬੀ ਸੀਜ਼ਨ 2021-22 ਦੌਰਾਨ ਕਿਸਾਨਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਵਿੱਚ ਇਸੇ ਤਰ੍ਹਾਂ ਦੀ ਦੇਰੀ ਨਹੀਂ ਹੋਣੀ ਚਾਹੀਦੀ ਜੇਕਰ ਭੁਗਤਾਨ ਵਿੱਚ ਦੇਰੀ ਹੁੰਦੀ ਹੈ ਤਾਂ ਲਗਭਗ 9% ਦੀ ਵਿਆਜ ਦੇ ਨਾਲ ਭੁਗਤਾਨ ਕੀਤਾ ਜਾਵੇਗਾ ਇਹ ਭੁਗਤਾਨ ਕਿਸਾਨਾਂ ਦੇ تصਦੀਕ ਬੈਂਕ ਖਾਤਿਆਂ ਵਿੱਚ ਸਿੱਧਾ ਕੀਤਾ ਜਾਵੇਗਾ ਮੁੱਖ ਮੰਤਰੀ ਆਗਾਮੀ ਖਰੀਦ ਸੀਜ਼ਨ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਸਮੀਖਿਆ ਮੀਟਿੰਗ ਲੈ ਰਹੇ ਸਨ ਮੀਟਿੰਗ ਵਿੱਚ ਦਿਪਤੀ ਮੁੱਖ ਮੰਤਰੀ ਦੁਸ਼ਯੰਦ ਚੋਟਾਲਾ ਵੀ ਮੌਜੂਦ ਸਨ ਮਨੋਹਰ ਲਾਲ ਨੇ ਕਿਹਾ ਕਿ ਕਿਸਾਨਾਂ ਨੂੰ ਇੱਕ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਖਰੀਦੀ ਗਈ ਉਪਜ ਦਾ ਭੁਗਤਾਨ ਕੀਤਾ ਜਾਣਾ ਯਕੀਨੀ ਕੀਤਾ ਜਾਵੇ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਕਿਹਾ ਕਿ ਕੋਵਿਡ-19 ਮਾਮਲਿਆਂ ਵਿੱਚ ਅਚਾਨਕ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਰੀਦ ਕੇਂਦਰਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਕਣਕ ਤੇ ਸਰੋਂ ਦੀ ਖਰੀਦ 1 ਕਪ੍ਰੈਲ ਤੋਂ ਸ਼ੁਰੂ ਹੋਵੇਗੀ ਜਦੋਂ ਕਿ ਹੋਰ ਫਸਲਾਂ ਦੀ ਖਰੀਦ 10 ਕਪ੍ਰੈਲ ਤੋਂ ਸ਼ੁਰੂ ਹੋਵੇਗੀ ਖਰੀਦ ਕੇਂਦਰਾਂ ਦੀ ਸਥਾਪਨਾ ਦੇ ਲਈ ਜਲਦੀ ਤੋਂ ਜਲਦੀ ਸਥਾਨਾਂ ਨੂੰ ਚੋਣ ਕਰ ਲਿਆ ਜਾਵੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਲੋਕ ਸਭਾ ਚ ਅਹਿਮ ਮੁੱਦਾ ਚੁੱਕਿਆ ਜਿਸ ਦੌਰਾਨ ਉਹਨਾਂ ਨੈਸ਼ਨਲ ਬੈਂਕ ਫੋਰ ਫਾਈਨਾਂਸਿੰਗ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਬਿਲ ਤੇ ਚਰਚਾ ਦੌਰਾਨ ਬੋਲਦੇ ਕਿ ਕੇ ਕੇਂਦਰ ਸਰਕਾਰ ਭਾਰਤ ਦੇ ਹਿਊਮਨ ਰਿਸੋਰਸਰ ਨੂੰ ਤਰੀਕੇ ਨੂੰ ਸਿਰ ਵਰਤੇ ਤੇ ਆਪਣੇ ਲੋਕਾਂ ਨੂੰ ਜ਼ਿਆਦਾ ਰੋਜ਼ਗਾਰ ਦੇਣ ਲਈ ਕਦਮ ਚੁੱਕੇ ਤਾਂ ਜੋ ਦੇਸ਼ ਹੋਰ ਤਰੱਕੀ ਕਰ ਸਕੇ। ਫੋਰ ਫਾਈਨਾਂਸਿੰਗ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਬਿਲ ਤੇ ਬੋਲਣੇ ਦਾ ਮੌਕਾ ਦਿਆ ਹੈ। इंफ्रास्ट्रक्चर एक ऐसा पैमाना है जिससे आप देश की तरक्की देश का कितना विकास हुआ है उसको आप देख सकते हैं। सर भारत एक विकासशील देश है और हमारी जो ह्यूमन रिसोर्स है वो भी काफ़ी है हमारी देश की तरक्की आज जिस गांव में आज से 25 साल पहले पांच गाड़ियां हुआ करती थी आज 50 गाड़ियां है तो हमें उसका डेवलपमेंट अपने लोगों को रोजगार देना कुछ हमारी अगर विकास होता है इंफ्रास्ट्रक्चर डेवलपमेंट होती है तो मार्केट में पैसा आता है तो जो हमारे लोगों को बेरोजगारी से निकाल के रोजगारी की तरफ लेके जाता है तो इंफ्रास्ट्रक्चर डेवलपमेंट एक सबसे जरूरी हर देश की तरक्की के लिए है और ये एक सरकार का अच्छा कदम है इस बैंक के आने से एक पुश मिलेगा इंफ्रास्ट्रक्चर डेवलपमेंट को देश तरक्की की तरफ जाएगा सर सर इस बिल में यहाँ पे हम शेयर इंस्टीट्यूशन इस, के वो कुछ इंस्टीट्यूशन इन्वेस्टर्स कोई बैंक कोई और बड़ी हेज फंड्स वो ख़रीद सकते हैं मैं समझता हूँ कि हमारे इसमें प्रावधान होना चाहिए कि जो इं, इंडिविजुअल इन्वेस्टर्स हैं जो देश के इन्वेस्टर्स हैं जो छोटे इन्वेस्टर्स हैं वो भी इसका शेयर खरीद सकें और दूसरा सर मैं एक बेनती करना चाहता हूं माननीय मंत्री जी से जो कैबिनेट मिनिस्टर वो भी हैं हमारे भाई जो स्टेट मिनिस्टर फाइनेंस है अनुराग ठाकुर जी वो भी बैठे हैं कि हमें ये जो बोर्ड इस बैंक का बनना है सर उसमें कम से कम वो एक नया ऐसा नहीं चाहिए ਜਿਸਮੇ ਰਿਟਾਇਰਮੈਂਟ ਕੇ ਬਾਦ ਨੌਕਰੀ ਕਾ ਪ੍ਰਵਿਧਾਨ ਹੋ ਬਿਊਰੋਕਰੇਟਸ ਆਕੇ ਬੈਠ ਜਾਏ ਵੀ ਸ਼ੁਡ ਹੈਵ ਦ ਪ੍ਰੋਫੈਸ਼ਨਲ ਪੀਪਲ ਔਨ ਦ ਬੋਰਡ ਫੋਰਸਮੈਨ ਡਾਇਰੈਕਟਰ ਨੇ ਕੁਵੇਤ ਜਾਣ ਵਾਲਿਆਂ 900 ਨਰਸਾਂ ਨਾਲ ਠੱਗੀ ਕਰਨ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ਚ ਮੁੰਬਈ ਦੀ ਇੱਕ ਗਲੋਬਲ ਭਰਤੀ ਕੰਪਨੀ ਅਤੇ ਉਸਦੇ ਪ੍ਰਮੋਟਰਾਂ ਦੀ 7.5 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਹੈ ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਸਨੇ ਮੁੰਬਈ ਦੇ ਜੀਵੀਪੀ ਦੀ ਯੋਜਨਾ ਇਲਾਕੇ ਵਿੱਚ ਇੱਕ डुप्लेक्स फ्लैट केरल ਵਿੱਚ ਇੱਕ ਪਲਾਟ ਅਤੇ ਮਰਸੀਡੀਜ਼ ਬੈਂਜ਼ ਕਾਰ ਕੁਰਕ ਕਰਨ ਅਤੇ ਪੀ ਜੇ ਮੈਥਿਊ ਤੇ ਹੋਰ ਨਾ 4.55 ਕਰੋੜ ਰੁਪਏ ਨਗਦ ਰਕਮ ਜਬਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ ਇਹ ਕਾਰਵਾਈ منی ਲਾਂਡਰਿੰਗ ਰੋਕथाम ਐਕਟ ਤਹਿਤ ਕੀਤੀ ਗਈ ਹੈ ईडी ਨੇ ਬਿਆਨ ਵਿੱਚ ਕਿਹਾ ਕਿ ਉਸਨੇ ਮੁੰਬਈ ਦੀ ਗਲੋਬਲ ਭਰਤੀ ਕੰਪਨੀ ਮੈਥਿਊ ਇੰਟਰਨੈਸ਼ਨਲ ਦੇ ਮਾਲਕ ਮੈਥਿਊ ਉਸ ਨਾਲ ਜੁੜੇ ਕੁਝ ਹੋਰ ਲੋਕਾਂ ਦੀ 7.51 ਕਰੋੜ ਰੁਪਏ ਦੀ ਸੰਪਤੀ ਕੁਰਕ ਕੀਤੀ ਹੈ ਮੈਥਿਊ ਤੇ ਮੁੰਬਈ ਦੀ ਕੰਪਨੀ ਮੁੰਵਰਾ ਐਸੋਸੀਏਟ ਦੇ ਪ੍ਰਮੋਟਰ ਮੁਹੰਮਦ ਐਨ ਪ੍ਰਭੂ ਖਿਲਾਫ ਦਜ ਸੀਬੀਆਈ ਦੀ ਇੱਕ ਐਫਆਈਆਰ ਦਾ ਅਧਿਐਨ ਕਰਨ ਤੋਂ ਬਾਅਦ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਈਡੀ ਨੇ ਦਾਵਾ ਕੀਤਾ ਕਿ ਉਸਨੇ ਆਪਣੀ ਜਾਂਚ ਵਿੱਚ ਵੇਖਿਆ ਕਿ ਪੀ ਜੇ ਮੈਥਿਊ ਨੇ ਹੋਰਨਾਂ ਦੀ ਮਦਦ ਨਾਲ 900 ਤੋਂ ਵੱਧ ਨਰਸਾਂ ਦੀ ਭਰਤੀ ਕੀਤੀ ਜਿਨ੍ਹਾਂ ਨੂੰ ਕੁਵੇਇਤ ਵਿੱਚ ਰੋਜ਼ਗਾਰ ਦਵਾਇਆ ਜਾਣਾ ਸੀ ਜਾਂਚ ਏਜੰਸੀ ਨੇ ਦਾਵਾ ਕੀਤਾ ਕਿ ਮੈਥਿਊ ਨੇ ਹਰੇਕ ਨਰਸ ਤੋਂ ਇਸ ਦੇ ਐਵਜ਼ ਵਿੱਚ 18.5 ਲੱਖ ਰੁਪਏ ਤੋਂ ਵੱਧ ਲੈ ਕੇ 20 ਲੱਖ ਰੁਪਏ ਤੱਕ ਲੈ ਸਨ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਦੂਜੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਵਿਖੇ ਸ਼ਹੀਦੀ ਯਾਦਗਾਰ ਜੱਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਬੰਦ ਹੈ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਲੋਕਾਂ ਦੇ ਮਨਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ ਕਿਉਂਕਿ ਕੇਂਦਰ ਜਾਂ ਸੂਬਾ ਸਰਕਾਰ ਵੱਲੋਂ ਆਨਲਾਈਨ ਵੈਬਸਾਈਟ ਤੇ ਕੋਈ ਵੀ ਅਜਿਹੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਜਿਸ ਵਿੱਚ ਇਹ ਸਾਫ ਤੌਰ ਤੇ ਪਤਾ ਚੱਲ ਸਕੇ ਕਿ ਜਲਿਆਂਵਾਲਾ ਬਾਗ ਅਤੇ ਵਾਗਾ ਬਾਰਡਰ ਯਾਤਰੂਆਂ ਦੇ ਦੇਖਣ ਲਈ ਬੰਦ ਕੀਤਾ ਹੋਇਆ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਗੁਰੂ ਨਗਰੀ ਪਹੁੰਚਣ ਵਾਲੇ ਜ਼ਿਆਦਾਤਰ ਯਾਤਰੂ ਪਰੇਸ਼ਾਨ ਨਜ਼ਰ ਆ ਰਹੇ ਨੇ ਪਟਿਆਲਾ ਦੇ ਅਨਾਰदाना ਚੌਂਕ 'ਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਜੋਕੀ ਵੱਲੋਂ ਕਰੋਨਾ ਬਾਬਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਦੌਰਾਨ ਉਹਨਾਂ ਲੋਕਾਂ ਨੂੰ ਮਾਸਕ ਦਿੱਤੇ ਉਹਨਾਂ ਕਿਹਾ ਕਿ ਲੋਕ ਬਿਨਾ ਮਾਸਕ ਤੋਂ ਕਰੋਨਾ ਨਿਕਲਣ ਉਹਨਾਂ ਕਿਹਾ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਕਰਨ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਨਿਹੰਗ ਸਿੰਘਾਂ ਦੀ ਜਾਂਚ ਲਈ ਮਹਾਰਾਸ਼ਟਰ ਪੁਲਿਸ ਪਿੱਖੀ ਵਿੰਡ ਪੁਜੀ ਉਹਨਾਂ ਨਾਲ ਮਹਾਰਾਸ਼ਟਰ ਵਿੱਚ ਕਤਲ ਕੀਤੇ ਨਿਹੰਗ ਸੰਤੋਖ ਸਿੰਘ ਦੇ ਕਤਲ ਦੇ ਗਵਾਹ ਗੁਰਮੀਤ ਸਿੰਘ ਵੀ ਮੌਜੂਦ ਸਨ ਜਿਸ ਨੇ ਵਾਕਿਆ ਦੀ ਵਾਕਿਆ ਦੀ ਤਸਦੀਕ ਕੀਤੀ ਤੇ ਕਿਹਾ ਕਿ ਦੋਵੇਂ ਮੁਲਜ਼ਮ ਨਿਹੰਗ ਬਾਣੇ ਨੂੰ ਬਦਨਾਮ ਕਰਨ ਵਾਲੇ ਸਨ ਤੇ ਦੋਵਾਂ ਨੇ ਬਾਬਾ ਜੀ ਦਾ ਕਤਲ ਕਰ ਦਿੱਤਾ ਸੀ ਤੇ ਉੱਥੋਂ ਫਰਾਰ ਹੋ ਗਏ ਸਨ ਬਾਅਦ ਚ ਬੀਤੇ ਦਿਨੀ ਜਦੋਂ ਸੂਰ ਸਿੰਘ ਵਿਖੇ ਡੇਰੇ ਦੀ ਸੰਗਤ ਨੇ ਇਹਨਾਂ ਨੂੰ ਪਛਾਣ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਦੋਵਾਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਨੇ ਡ੍ਰੇਨ ਤੇ ਨਾਕਾ ਲਾਇਆ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾ ਨੇ ਡੀਸੀਐਮ ਦੀ ਗੱਡੀ ਤੇ ਵੀ ਹਮਲਾ ਕਰ ਦਿੱਤਾ ਜਿਸ ਤੇ ਪੁਲਿਸ ਨੇ ਜਵਾਬੀ ਫਾਇਰਿੰਗ ਕਰਕੇ ਦੋਵਾਂ ਨੂੰ ਠੇਰ ਕਰ ਦਿੱਤਾ ਸੀ ਜਲੰਧਰ ਦੇ ਬਸਤੀ ਬਾਬਾ ਖੇਲ ਦੇ ਨਿਊ ਰਾਜਨਗਰ ਚ ਇੱਕ ਝਗੜੇ ਦੌਰਾਨ 17 ਸਾਲਾ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦਾ ਨਾਮ ਧਰਮਪ੍ਰੀਤ ਦੱਸਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਪਿਛਲੇ ਦਿਨ ਹੀ ਥਾਣਾ ਅਮਰਗੜ ਅਧੀਨ ਪੈਂਦੇ ਪਿੰਡ ਸਰਵਰਪੁਰ ਦੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪੀੜਤ ਨੌਜਵਾਨ ਵੱਲੋਂ ਹਸਪਤਾਲ ਦਾਖਲ ਹੋ ਕੇ ਦਰਜ ਕਰਵਾਏ ਬਿਆਨਾਂ ਦੇ ਆਧਾਰ 'ਤੇ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਤੇ ਲਿਆ ਗਿਆ ਸੀ ਜਿਨ੍ਹਾਂ ਵਿੱਚ ਇੱਕ ਬਜ਼ੁਰਗ ਵਿਧਵਾ ਔਰਤ ਵੀ ਸ਼ਾਮਿਲ ਸੀ ਪੁਲਿਸ ਦੀ ਇਸ ਕਾਰਵਾਈ ਦੇ ਖਿਲਾਫ ਸਰਵਰਪੁਰ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨ ਉਹ ਗ੍ਰਾਹਾਂ ਦੇ ਸਹਿਯੋਗ ਨਾਲ ਥਾਣਾ ਅਮਰਗੜ ਅੱਗੇ ਸੜਕ ਜਾਮ ਕਰਕੇ ਧਰਨਾ ਲਾ ਦਿੱਤਾ ਗਿਆ ਤੇ ਬਜ਼ੁਰਗ ਮਾਤਾ ਰਣਜੀਤ ਕੌਰ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਉਧਰ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਕਰਨ ਦੀ ਗੱਲ ਆਖੀ ਹੈ ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਹੋਰ ਤਾਜ਼ਾ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਗੱਲਾ ਟਾਈਮ ਟੀਵੀ ਮੈਨੂੰ ਦਿਓ ਆ ਗਿਆ ਧੰਨਵਾਦ